ਹੈਲੋ ਸਟੂਡੈਂਟ, ਸਿੱਖਿਆ ਐਫ ਐਮ ਦੇ ਔਨਲਾਈਨ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਆਪਾਂ ਲਾਇਬ੍ਰੇਰੀ ਰੀਸਟੋਰਰ ਦੀ ਤਿਆਰੀ ਜਿਹੜੀ ਹੈ ਉਹ ਕਰ ਰਹੇ ਹਾਂ, ਨਾਲ ਨਾਲ ਆਪਾਂ ਪੰਜਾਬ ਸਕੂਲ ਲਾਇਬ੍ਰੇਰੀਅਨ ਦੀ ਵੀ ਤਿਆਰੀ ਕਰ ਰਹੇ ਹਾਂ। ਪੰਜਾਬ ਦੇ ਵਿੱਚ 25,000 ਸਰਕਾਰੀ ਨੌਕਰੀਆਂ ਦਾ ਰਾਹ ਪੱਧਰਾ ਹੋ ਚੁੱਕਿਆ ਹੈ। ਇਹ ਆਪਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਸੁਣਦੇ ਹਾਂ। ਹੁਣੇ ਮੈਂ 2 ਮਿੰਟ ਪਹਿਲਾਂ ਜਦੋਂ ਦੇਖ ਰਿਹਾ ਸੀ ਫੋਨ, ਤਾਂ ਉੱਥੇ ਕਈ ਇਸ਼ਤਿਹਾਰ ਲੱਗੇ ਹੋਏ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ 43,000 ਦੇ ਕਰੀਬੋ ਕਰੀਬ ਨੌਕਰੀਆਂ ਅਸੀਂ ਦੇ ਚੁੱਕੇ ਹਾਂ ਅਤੇ 25,000 ਨੌਕਰੀਆਂ ਦਾ ਰਾਹ ਜਿਹੜਾ ਹੈ ਉਹ ਪੱਧਰਾ ਕਰ ਲਿਆ। ਇਸ ਤੋਂ ਕੀ ਅੰਦਾਜ਼ਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਨੌਕਰੀਆਂ ਆਉਣਗੀਆਂ? ਅਤੇ ਖਾਸ ਕਰਕੇ ਆਪਣਾ ਲਾਇਬ੍ਰੇਰੀ ਰੀਸਟੋਰਰ ਦਾ ਨੋਟੀਫਿਕੇਸ਼ਨ ਸਮੇਂ ਸਮੇਂ ਸਿਰ ਚੈੱਕ ਕਰਦੇ ਰਹਿਣ, ਇਹ ਗੱਲ P++ ਬੋਰਡ ਨੇ ਕਹੀ ਹੈ। 4 ਜੂਨ ਤੋਂ ਬਾਅਦ ਆਪਾਂ ਗ੍ਰੀਵੈਂਸਿਸ ਪੋਰਟਲ 'ਤੇ ਵੀ ਪਾ ਦਿਆਂਗੇ P++ ਬੋਰਡ ਨੂੰ, ਤਾਂ ਕਿ ਆਪਣੀ ਵੈਕੈਂਸੀ ਜਲਦ ਤੋਂ ਜਲਦੀ ਆਵੇ। ਜਿਹੜੇ ਬੱਚੇ ਨੇ ਸਿਸਟਮੈਟਿਕਲੀ ਤਿਆਰੀ ਕਰਨੀ ਹੈ ਉਹ ਸਾਡਾ ਪੇਡ ਬੈਚ ਵੀ ਲੈ ਸਕਦਾ ਹੈ। ਉਹਦੇ 'ਚ ਉਹਨੂੰ 1-liner ਤੋਂ ਲੈ ਕੇ ਸਾਰੇ MCQ, ਸਾਰੇ PDF ਨੋਟਸ ਮਿਲ ਸਕਦੇ ਹੈ। ਤੁਸੀਂ ਡੈਮੋ ਵਾਸਤੇ ਇਹ ਮੇਰੀ ਵੀਡੀਓ ਦੇਖ ਸਕਦੇ ਹੋ, ਜਿਹਦੇ 'ਚ ਅੱਜ ਮੈਂ ਤੁਹਾਨੂੰ CC ਦਾ ਮਤਲਬ ਹੈ ਕੋਲਨ ਕਲਾਸੀਫਿਕੇਸ਼ਨ ਕਰਵਾਊਂਗਾ। ਤਾਂ ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟ ਇਸ ਚੈਨਲ 'ਤੇ ਨਏ ਹੈ, ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹ ਚੈਨਲ ਲਾਇਬ੍ਰੇਰੀ ਰੀਸਟੋਰਰ ਵਾਸਤੇ, ਪੰਜਾਬ ਸਕੂਲ ਲਾਇਬ੍ਰੇਰੀਅਨ ਵਾਸਤੇ, ਲਾਇਬ੍ਰੇਰੀ ਅਟੈਂਡੈਂਟ ਵਾਸਤੇ ਬਿਹਤਰੀਨ ਚੈਨਲ ਹੈ। ਹਾਂਜੀ, ਆਪਾਂ ਸ਼ੁਰੂਆਤ ਕਰਦੇ ਹਾਂ ਹੁਣ ਆਪਣੇ ਕੁਐਸਚਨ ਦੇ ਉੱਤੇ। ਦੇਖੋ ਬਈ, ਸਭ ਤੋਂ ਪਹਿਲਾਂ ਇਹ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਹੈ, ਬੈੱਲ ਆਈਕਨ ਨੂੰ ਪ੍ਰੈਸ ਕਰ ਦੇਣਾ ਹੈ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਟਾਈਮ ਟੂ ਟਾਈਮ ਮਿਲਦੀ ਰਹੇ। ਹਾਂਜੀ, ਹੁਣ ਆਪਾਂ ਸਵਾਲ ਕਰਦੇ ਹਾਂ, ਆਪਣੇ ਹੁਣ ਕਨਸੈਪਟ ਕਰਦੇ ਹਾਂ, ਨਾਲ ਨਾਲ ਤੁਸੀਂ ਨੋਟ ਕਰਦੇ ਜਾਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਧਿਆਨ ਰੱਖਣਾ ਹੈ ਕਿ ਕੋਲਨ ਕਲਾਸੀਫਿਕੇਸ਼ਨ, ਸਭ ਤੋਂ ਪਹਿਲਾਂ ਤੁਹਾਨੂੰ ਹੋ ਸਕਦਾ ਹੈ ਲਾਇਬ੍ਰੇਰੀ ਰੀਸਟੋਰਰ 20-800 ਗ੍ਰੇਡ ਪੇ ਬੇਸਿਕ ਸਟਾਰਟ ਹੈ, ਠੀਕ ਹੈ। 30,000 ਦੇ ਕਰੀਬੋ ਕਰੀਬ ਪੈਸਾ ਤੁਹਾਨੂੰ ਮਿਲੂਗਾ, ਜਿਹਦੇ ਵਿੱਚ 3,000 ਪੈਸਾ ਬੁਢਾਪਾ ਵਾਸਤੇ ਸੇਵ ਹੋਊਗਾ, 27,000 ਰੁਪਇਆ ਸੈਲਰੀ ਤੁਹਾਨੂੰ ਮਿਲੇਗੀ ਆਫਟਰ ਪ੍ਰੋਬੇਸ਼ਨ ਪੀਰੀਅਡ। ਕੋਲਨ ਕਲਾਸੀਫਿਕੇਸ਼ਨ ਯਾਨੀ ਕਿ ਇਹ ਸੀ ਗ੍ਰੇਡ ਦੀ ਪੋਸਟ ਹੈ, ਇਹਦੇ 'ਚ ਤੁਹਾਨੂੰ ਕੁਸ਼ਚਨ ਆ ਵੀ ਪੁੱਛ ਸਕਦਾ ਹੈ। ਤੁਸੀਂ ਕਹੋਗੇ ਸਰ ਇੰਨਾ ਆਸਾਨ ਕੁਸ਼ਚਨ ਪੁੱਛ ਸਕਦਾ ਹੈ, ਕਿਉਂਕਿ ਕੁਝ ਕੁਸ਼ਚਨ ਐਗਜ਼ਾਮੀਨਰ ਨੇ 40% ਪੇਪਰ ਬਹੁਤ ਸੌਖਾ ਬਣਾਉਣਾ ਹੁੰਦਾ ਹੈ, ਉਹਦੇ 'ਚ ਹੋ ਸਕਦਾ ਹੈ ਇਹ ਕੁਸ਼ਚਨ ਤੁਹਾਨੂੰ ਪਾ ਦੇਵੇ, ਬਟ ਇਹ ਆਏਗਾ ਨਹੀਂ, ਠੀਕ ਹੈ ਨਾ। ਬਟ ਕੁਦਰਤੀ ਧਿਆਨ ਰੱਖਣਾ, ਕਦੇ ਕਦੇ ਜਿਹੜੇ ਬੱਚਾ ਪਹਿਲੀ ਵਾਰ ਤਿਆਰੀ ਕਰ ਰਿਹਾ, ਮੈਂ ਉਸ ਬੱਚੇ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਲਨ ਕਲਾਸੀਫਿਕੇਸ਼ਨ ਦੀ ਫੁੱਲ ਫਾਰਮ CC ਹੈ, ਯਾਦ ਰੱਖਣਾ ਤੁਸੀਂ, ਠੀਕ ਹੈ। ਕੋਲਨ ਕਲਾਸੀਫਿਕੇਸ਼ਨ ਇਜ਼ ਏ ਲਾਇਬ੍ਰੇਰੀ ਕੈਟਲੋਗ, ਇੱਕ ਲਾਇਬ੍ਰੇਰੀ ਦਾ ਕੈਟਲੋਗ ਹੈ, ਠੀਕ ਹੈ। ਸਿਸਟਮ ਹੈ ਡਿਵਲਪ ਬਾਏ ਸਿਆਲੀ ਰਮਨਿਤਰਾ ਰੰਗਾਨਾਥਨ, ਯਾਨੀ ਕਿ ਇਹਨੂੰ ਆਪਾਂ SR ਰੰਗਾਨਾਥਨ ਜੀ ਕਹਿੰਦੇ ਹਾਂ, ਜਿਨ੍ਹਾਂ ਨੇ ਜਿਹੜੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਸੀਗੇ ਲਾਇਬ੍ਰੇਰੀ ਸਾਇੰਸ ਦੇ, ਠੀਕ ਹੈ, ਬਹੁਤ ਹੀ ਵੱਡੇ ਲਾਇਬ੍ਰੇਰੀ ਸਾਇੰਸ ਦੇ ਜਿਹੜੇ ਵਿਦਵਾਨ ਸੀ। ਇਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਤੁਹਾਨੂੰ ਇਹ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੋਲਨ ਕਲਾਸੀਫਿਕੇਸ਼ਨ ਕਿਸ ਲਾਇਬ੍ਰੇਰੀ ਕੈਟਲੋਗ ਕਿਸ ਨੇ ਡਿਵਲਪ ਕੀਤਾ, ਤਾਂ SR ਰੰਗਾਨਾਥਨ ਜੀ ਨੇ ਪਬਲਿਸ਼ ਕੀਤਾ ਜਾਂ ਡਿਵਲਪ ਕੀਤਾ। ਸਮਝ ਆ ਗਈ? ਤਾਂ ਇੱਕ ਪੁਆਇੰਟ ਤੁਹਾਡਾ ਇੱਥੋਂ ਬਣ ਸਕਦਾ ਹੈ, ਇਹ ਨੋਟ ਤੁਸੀਂ ਕਰ ਲੈਣਾ। ਇਹ ਪੇਪਰ 'ਚ ਤੁਹਾਨੂੰ ਸਵਾਲ ਆਏਗਾ ਆਏਗਾ ਆਏਗਾ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਹੈ। ਤੁਹਾਨੂੰ ਇਹ ਵੀ ਦੱਸੂਗਾ ਕਿ ਲਾਇਬ੍ਰੇਰੀ ਪੰਜਾਬ ਸਕੂਲ ਲਾਇਬ੍ਰੇਰੀਅਨ 693 ਭਰਤੀ 'ਚ ਕਿਹੜਾ ਕੁਐਸਚਨ ਆਇਆ ਇਸ ਟੋਪਿਕ ਤੋਂ, 57 ਵੈਕੈਂਸੀ 'ਚ ਕਿਹੜਾ ਕੁਐਸਚਨ ਆਇਆ, ਆਉਣ ਵਾਲੇ ਦਿਨਾਂ 'ਚ ਪੰਜਾਬ ਹਰਿਆਣਾ ਹਾਈਕੋਰਟ 'ਚ ਵੈਕੈਂਸੀ ਲਾਇਬ੍ਰੇਰੀ ਔਰ ਰੈਫਰੈਂਸ ਅਸਿਸਟੈਂਸੀ ਆ ਰਹੀ ਹੈ, ਜਿਹਦੇ ਵਿੱਚ B-LIB ਅਤੇ D-LIB ਮੰਗੀ ਜਾਏਗੀ, ਠੀਕ ਹੈ। ਉਹਦੇ ਵਿੱਚ ਵੀ ਉਹਦੀ ਵੀ ਤੁਹਾਡੀ ਤਿਆਰੀ ਜਿਹੜੀ ਹੈ ਨਾਲ ਦੀ ਨਾਲ ਹੀ ਹੋ ਜਾਏਗੀ, ਉਹਦੇ 'ਚ ਸਿਰਫ ਲਾਇਬ੍ਰੇਰੀ ਦਾ ਕੰਮ ਆਏਗਾ,
ਠੀਕ ਹੈ, ਇਹ ਕਾਲਪਨਿਕ ਬਾਤ ਹੈ, ਅਜੇ ਨੋਟੀਫਿਕੇਸ਼ਨ ਨਹੀਂ ਆਇਆ, ਪਰ ਮੈਨੂੰ ਇਹ ਲੱਗ ਰਿਹਾ ਜ਼ਰੂਰ ਨੋਟੀਫਿਕੇਸ਼ਨ ਆਏਗਾ। ਚਲੋ ਬਾਈ, ਮੈਂ ਇਹ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਸੀ ਸੀ ਕਾਹਦੇ ਵਿੱਚ ਸਟੈਂਡ ਕਰਦਾ ਹੈ, ਕੋਲਨ ਕਲਾਸੀਫਿਕੇਸ਼ਨ 'ਤੇ ਹੈ, ਠੀਕ ਹੈ ਨਾ। ਇਹ ਇਹਦਾ ਫਸਟ ਪਬਲਿਸ਼ਨ ਕਿਸ ਸਾਲ ਦੇ ਵਿੱਚ ਸੀ ਕੋਲਨ ਕਲਾਸੀਫਿਕੇਸ਼ਨ ਦਾ? ਸੀ ਉਹ ਸੀ 1933 ਦੇ ਵਿੱਚ ਪਹਿਲਾ ਐਡੀਸ਼ਨ। ਤੁਸੀਂ ਕਹਿ ਸਕਦੇ ਹੋ ਕਿ ਪਹਿਲਾ ਐਡੀਸ਼ਨ ਕੋਲਨ ਕਲਾਸੀਫਿਕੇਸ਼ਨ ਦਾ ਕਦੋਂ ਆਇਆ? 1933 ਦੇ ਵਿੱਚ। ਇਸ ਨੂੰ ਡਿਵੈਲਪ ਕਿਹਨੇ ਕੀਤਾ? ਐਸ ਆਰ ਰੰਗਾਨਾਥਨ ਜੀ ਨੇ। ਤਾਂ ਇਹ ਲਿਖੋ, ਕੋਲਨ ਕਲਾਸੀਫਿਕੇਸ਼ਨ ਇਜ਼ ਡਿਵੈਲਪਡ ਬਾਈ ਐਸ ਆਰ ਰੰਗਾਨਾਥਨ। ਤਾਂ ਇਹ ਗੱਲ ਤੁਸੀਂ ਧਿਆਨ ਰੱਖਣੀ ਹੈ। ਤਿੰਨੋਂ ਹੀ ਗੱਲਾਂ ਮੈਂ ਹੁਣ ਤੱਕ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਈ ਬੱਚਿਆਂ ਨੂੰ ਪਤਾ ਵੀ ਹੈ, ਠੀਕ ਹੈ। ਬਟ ਇੱਕ ਗੱਲ ਤੁਸੀਂ ਯਾਦ ਰੱਖਣਾ, ਕੋਲਨ ਕਲਾਸੀਫਿਕੇਸ਼ਨ ਯੂਜ਼ ਮਿਕਸਡ ਨੋਟੇਸ਼ਨ। ਇਹ ਕੁਐਸਚਨ ਕਈ ਬੱਚਿਆਂ ਨੂੰ ਨਹੀਂ ਪਤਾ ਸੀ, ਅਤੇ ਇਹ ਕੁਐਸਚਨ ਪੀ ਟ੍ਰਿਪਲ ਐਸ ਬੋਰਡ ਨੇ 693 ਪੰਜਾਬ ਸਕੂਲ ਲਾਇਬ੍ਰੇਰੀਅਨ 'ਚ ਪਾਤਾ ਸੀ। ਜਿਹੜਾ ਬੱਚਾ ਆ, ਜਿਹੜੇ ਬੱਚੇ ਦਾ ਵੀ 70 ਨੰਬਰ ਕੁਐਸਚਨ ਹੈ, ਇਹ ਸਹੀ ਕਰਕੇ ਆਇਆ, ਠੀਕ ਹੈ ਨਾ। ਵੀ ਇਨ ਨੋਟੇਸ਼ਨਲ ਸਿਸਟਮ ਆਫ ਕੋਲਨ ਕਲਾਸੀਫਿਕੇਸ਼ਨ ਇਜ਼, ਕਿਹੜਾ ਨੋਟੇਸ਼ਨ ਯੂਜ਼ ਕਰਦਾ ਹੈ? ਤਾਂ ਉਹ ਯਾਦ ਰੱਖਣਾ ਤੁਸੀਂ, ਕਿਹੜਾ ਨੋਟੇਸ਼ਨ ਯੂਜ਼ ਕਰਦਾ ਹੈ? ਮਿਕਸਡ ਨੋਟੇਸ਼ਨ। ਮਿਕਸਡ ਨੋਟੇਸ਼ਨ ਸੇਮ ਕੁਐਸਚਨ ਜਿਹੜਾ ਹੈ ਪੀ ਟ੍ਰਿਪਲ ਐਸ ਬੋਰਡ ਦੇ ਪੰਜਾਬ ਸਕੂਲ ਲਾਇਬ੍ਰੇਰੀਅਨ ਦੇ ਪੇਪਰ ਦੇ ਵਿੱਚ ਆਇਆ ਹੋਇਆ ਹੈ। ਇਸ ਤਰੀਕੇ ਦੇ ਮੈਂ ਤੁਹਾਨੂੰ ਕੁਐਸਚਨ ਕਰਵਾਊਂਗਾ, ਇੱਕ ਨਾ ਦੋ ਵਾਰ ਮੈਂ ਜਿੱਦਾਂ ਜਿਹੜਾ ਵੀ, ਚਾਹੇ ਮੇਰੇ ਪੇਡ ਬੈਚ 'ਚ ਹੈ, ਇੱਕ ਨਾ ਮੇਰਾ ਜੋ ਪੜ੍ਹਾਉਣ ਦਾ ਤਰੀਕਾ ਹੈ ਸੇਮ ਇਹੀ ਰਹਿੰਦਾ ਜਿਹੜਾ ਯੂਟਿਊਬ 'ਤੇ ਰਹਿੰਦਾ, ਠੀਕ ਹੈ। ਹਾਂ, ਇਹ ਗੱਲ ਤੁਸੀਂ ਧਿਆਨ ਰੱਖਣੀ ਹੈ ਕਿ ਕਿਸ ਤਰੀਕੇ ਦਾ ਮੇਰਾ ਪੜ੍ਹਾਉਣ ਦਾ ਤਰੀਕਾ ਹੈ। ਤੁਹਾਨੂੰ ਪੰਜਾਬੀ ਏ ਦੇ ਵਿੱਚ ਬਿਲਕੁਲ ਵੀ ਫੇਲ ਨਹੀਂ ਹੋਣਾ, ਕਿਉਂਕਿ ਰਾਜਸਥਾਨ ਦੇ ਕੈਂਡੀਡੇਟ ਵੀ ਪੰਜਾਬ 'ਚ ਫਾਰਮ ਭਰਨਗੇ, ਉਹਨਾਂ ਦੀ ਪੰਜਾਬੀ ਥੋੜ੍ਹੀ ਜਿਹੀ ਹੜਬੜਾਹਟ ਹੈ, ਜਿਵੇਂ ਸਾਇੰਟੀਫਿਕ ਅਸਿਸਟੈਂਟ 'ਚ ਆਈ, ਆਪਾਂ ਪੰਜਾਬੀ ਦੇ ਵੀ ਨਾਲ ਨਾਲ ਕੁਐਸਚਨ ਕਰਨੇ ਆ, ਘੱਟੋ ਘੱਟ 25-26 ਨੰਬਰ ਪੰਜਾਬ 'ਚ ਲੈਣੇ ਹੀ ਲੈਣੇ ਹੈ, ਸਮਝ ਆ ਗਈ। ਤਾਂ ਉਹ ਤਿਆਰੀ ਵੀ ਤੁਹਾਡੀ ਕਰਵਾਈ ਜਾਏਗੀ। 40 ਨੰਬਰ ਦਾ ਕੰਮ ਜਿਵੇਂ ਮੈਥ ਰੀਜਨਿੰਗ ਜੀ ਕੇ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋਣੇ ਕਿ ਉਹੀ ਮੈਂ ਕਰਵਾਉਂਦਾ, ਕਿਉਂ ਕਰਵਾਉਂਦਾ? ਤਾਂ ਕਿ ਤੁਹਾਡੀ ਤਿਆਰੀ ਜਿਹੜੀ ਹੈ ਉਹ ਨਾਲ ਦੀ ਨਾਲ, ਉਹ ਵੀ 40 ਨੰਬਰ ਬਹੁਤ ਜ਼ਰੂਰੀ ਹੈ, ਠੀਕ ਹੈ ਬਈ। ਤਾਂ ਇਹ ਗੱਲ ਤੁਸੀਂ ਯਾਦ ਰੱਖੋ, ਮੈਂ ਫਿਰ ਤੁਹਾਨੂੰ ਦੁਹਰਾ ਦਿੰਦਾ, ਫਿਰ ਤੁਹਾਨੂੰ ਦੱਸ ਦਿੰਦਾ ਹਾਂ। ਆਹ ਦੇਖੋ ਬਈ, ਕੋਲਮ ਨੰਬਰ 3 ਦੇ ਵਿੱਚ ਕੀ ਕਿਹਾ ਗਿਆ ਹੈ, ਸਾਰੇ ਬੱਚੇ ਧਿਆਨ ਦਿਓ ਬਈ। ਕੋਲਮ ਨੰਬਰ ਉਮੀਦ, ਇਹ ਦੇਖੋ ਜਿਹੜਾ ਨੋਟੀਫਿਕੇਸ਼ਨ ਲਾਇਬ੍ਰੇਰੀ ਰੀਸਟੋਰਰ ਦਾ ਉਹਨਾਂ ਨੇ ਕਿਹਾ ਨਾ, ਵਾਪਸ ਲੈ ਲਿਆ, ਉਸੇ ਹੀ ਲੜੀ ਦੇ ਵਿੱਚ ਤੀਜਾ ਕੋਲਮ ਦੇਖੋ, ਉਮੀਦਵਾਰ ਇਸ ਇਸ਼ਤਿਹਾਰ ਦੀ ਤਾਜ਼ਾ ਜਾਣਕਾਰੀ ਲਈ ਵੋਰਡ ਦੀ ਵੈਬਸਾਈਟ 'ਤੇ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣ। ਮੈਂ ਦੁਬਾਰਾ ਪੜ੍ਹ ਦੇਣਾ, ਉਮੀਦਵਾਰ ਇਸ ਇਸ਼ਤਿਹਾਰ ਦੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣ। ਇਹਦਾ ਮਤਲਬ ਕੀ ਹੋਇਆ, ਤੁਸੀਂ ਸਮਝਾਓ। ਇਹਦਾ ਮਤਲਬ ਇਹ ਹੋਇਆ ਕਿ ਆਉਣ ਵਾਲੇ ਦਿਨਾਂ 'ਚ DLS ਯਾਨੀ ਕਿ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ, BLSI ਯਾਨੀ ਕਿ ਬੈਚਲਰ ਆਫ ਲਾਇਬ੍ਰੇਰੀ ਸਾਇੰਸ, ਦੋਨੋਂ ਹੀ ਐਲੀਜੀਬਲ ਹੋਣਗੀਆਂ, ਅਤੇ ਫਿਰ ਸ਼ੁਰੂ ਹੋਗਾ ਖੇਲਾ, ਸਮਝ ਆ ਗਈ। ਤਾਂ ਇਹ ਗੱਲ ਤੁਸੀਂ ਯਾਦ ਰੱਖਣਾ ਹੈ, ਜਿਹੜਾ ਬੱਚਾ ਜ਼ਿਆਦਾ ਪੜ੍ਹ ਗਿਆ, ਜ਼ਿਆਦਾ ਜਿਹਦਾ ਬ੍ਰੇਨ ਸ਼ਾਰਪ ਹੈ, ਉਹ ਨੌਕਰੀ ਲੈ ਜੂਗਾ। ਮੈਂ ਨਹੀਂ ਕਹਿੰਦਾ ਤੁਸੀਂ ਸਹੀ ਨਹੀਂ ਹੋ, ਦਿਮਾਗ ਸਹੀ ਨਹੀਂ ਹੈ, ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਹਦੇ ਬੱਚੇ ਦਾ ਪ੍ਰੈਜੈਂਸ ਆਫ ਮਾਇੰਡ ਸਹੀ ਹੋਇਆ, ਤਿਆਰੀ ਹੁਣ ਹੁੰਦੀ ਹੈ, ਠੀਕ ਹੈ ਨਾ। ਪੇਪਰ ਦੇ ਵਿੱਚ ਤਾਂ ਹਾਰ ਜੀਤ ਹੁੰਦੀ ਹੈ, ਸਮਝ ਆ ਗਈ ਬਈ। ਤਾਂ ਇਸ ਕਰਕੇ ਤੁਸੀਂ ਲਾਈਕ ਜ਼ਰੂਰ ਕਰ ਦਿਓ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਕਿ ਤੁਸੀਂ ਲਾਇਬ੍ਰੇਰੀ ਰਜਿਸਟਰ ਦਾ ਪੇਪਰ ਫਿਲ ਕਰੋਗੇ ਕਿ ਨਹੀਂ ਕਰੋਗੇ, ਫਾਰਮ ਜ਼ਰੂਰ ਭਰਨਾ ਹੈ, ਸਮਝ ਆ ਗਈ ਬਈ। ਤਾਂ ਇਹ ਗੱਲ ਤੁਸੀਂ ਧਿਆਨ ਰੱਖਣਾ, ਇਹ ਆਪਣਾ ਕੋਰਸ ਹੈ। ਜਿਵੇਂ ਹੀ ਤੁਸੀਂ ਗੂਗਲ ਪਲੇ ਸਟੋਰ 'ਤੇ ਜਦੋਂ ਤੁਸੀਂ ਸ਼ਿਕਸ਼ਾ FM ਲਿਖੋਗੇ ਨਾ, ਸ਼ਿਕਸ਼ਾ FM, ਠੀਕ ਹੈ ਨਾ, ਸ਼ਿਕਸ਼ਾ FM ਅਕੈਡਮੀ ਲਿਖੋਗੇ, ਤਾਂ ਇਸ ਤਰੀਕੇ ਦਾ ਇੱਕ ਤੁਹਾਡੇ ਕੋਲ ਐਪ ਡਾਊਨਲੋਡ ਹੋ ਜਾਏਗਾ। ਉਹਦੇ ਵਿੱਚ ਤੀਜਾ ਹੀ ਸਾਡਾ ਇਹ ਐਪ ਹੈ ਜਿਹਦੇ ਵਿੱਚ ਕਾਫੀ ਕੰਟੈਂਟ ਅਸੀਂ ਜੋੜ ਰੱਖਿਆ ਹੈ, ਠੀਕ ਹੈ।
ਜ਼ਿਆਦਾ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ 8288-7602, ਉਹਦੇ 'ਚ ਵੀ ਗੱਲਬਾਤ ਕਰਕੇ ਤੁਸੀਂ ਕਰ ਸਕਦੇ ਹੋ ਆਉਣ ਵਾਲੇ ਦਿਨਾਂ 'ਚ, ਠੀਕ ਹੈ ਨਾ। ਇੱਕ ਸਾਲ ਦੀ 8288-7602 ਇੱਕ ਸਾਲ ਦੀ ਵੈਲਿਡਿਟੀ ਹੈ ਇਸ ਕੋਰਸ ਦੀ, ਠੀਕ ਹੈ ਬਈ। ਇੱਕ ਸਾਲ ਤੱਕ ਲਾਇਬ੍ਰੇਰੀ ਸਕੂਲ ਲਾਇਬ੍ਰੇਰੀਅਨ ਵੀ ਆ ਜਾਏਗਾ, ਲਾਇਬ੍ਰੇਰੀ ਸਟੋਰ ਵੀ ਆ ਜਾਏਗਾ, ਰੈਫਰੈਂਸ ਅਸਿਸਟੈਂਟ ਵੀ ਆ ਜਾਏਗਾ, ਠੀਕ ਹੈ ਨਾ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਹ ਸਾਡਾ ਐਪ ਹੈ, ਇਸ ਤਰੀਕੇ ਦਾ ਲੋਗੋ ਤੁਹਾਨੂੰ ਲੱਗਿਆ ਹੋਊਗਾ, ਦਿਖ ਜਾਊਗਾ ਉੱਥੇ। ਯੂਜ਼ ਅਨਦਰ ਕਰਕੇ ਆਪਣਾ ਮੋਬਾਈਲ ਨੰਬਰ ਭਰ ਕੇ ਤੁਸੀਂ ਦੇਖ ਸਕਦੇ ਹੋ, ਕਾਫੀ ਕੰਟੈਂਟ ਉੱਥੇ ਫ੍ਰੀ ਵੀ ਪਿਆ। ਚਲੋ ਬਾਈ, ਇਹ ਮੇਰਾ ਦੱਸਣ ਦਾ ਤੁਹਾਨੂੰ ਸੀਗਾ। ਮਹਾਰਾਜਾ ਰਣਜੀਤ ਸਿੰਘ ਗੌਰਮੈਂਟ ਪੰਜਾਬ ਟੈਕਨੀਕਲ ਯੂਨੀਵਰਸਿਟੀ ਸੀਗੀ, ਬਠਿੰਡਾ ਦੇ ਵਿੱਚ ਹੈ ਹੁਣ, ਉਹਨੂੰ ਅਲੱਗ ਆਪਣੀ ਇੱਕ ਯੂਨੀਵਰਸਿਟੀ ਬਣ ਗਈ ਹੈ ਉਹ, ਠੀਕ ਹੈ ਨਾ। ਉਹਦੇ ਵਿੱਚ ਇੱਕ ਪੇਪਰ ਹੋਇਆ ਲਾਇਬ੍ਰੇਰੀ ਅਟੈਂਡੈਂਟ ਦਾ, ਠੀਕ ਹੈ। ਉਹਦੇ 'ਚ ਆ ਕੁਐਸਚਨ ਪੁੱਛਿਆ ਗਿਆ ਸੀ ਕਿ ਕਿਸ ਸਕੀਮ ਦੇ ਅੰਤਰਗਤ ਆਉਂਦਾ ਹੈ ਕੋਲਨ ਕਲਾਸੀਫਿਕੇਸ਼ਨ। ਤਾਂ ਤੁਸੀਂ ਯਾਦ ਰੱਖਣਾ, ਆਲਮੋਸਟ ਫ੍ਰੀਲੀ ਫੇਸਡ ਇਟ ਸਕੀਮ ਦੇ ਅੰਦਰ ਆਉਂਦਾ, ਠੀਕ ਹੈ ਨਾ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਇਹ ਬਹੁਤ ਇੰਪੋਰਟੈਂਟ ਲਾਈਨ ਹੈ। ਕਿਸ ਸਕੀਮ ਦੇ ਅੰਡਰ ਆਉਂਦਾ ਹੈ ਕੋਲਨ ਕਲਾਸੀਫਿਕੇਸ਼ਨ? ਆਲਮੋਸਟ ਫ੍ਰੀਲੀ ਫੇਸਡ ਸਕੀਮ ਦੇ ਅੰਡਰ ਜਿਹੜਾ ਹੈ ਕੋਲਨ ਕਲਾਸੀਫਿਕੇਸ਼ਨ ਆਉਂਦਾ ਹੈ, ਠੀਕ ਹੈ ਜੀ। ਤਾਂ ਇਹ ਗੱਲ ਯਾਦ ਰੱਖਣਾ। ਔਰ ਫੇਸਟਿਕ ਫਾਰਮੂਲਾ ਕੀ ਹੈ? ਪੀਮੈਸਟ। ਪੀ ਦਾ ਮਤਲਬ ਕੀ ਹੈ? ਪਰਸਨੈਲਿਟੀ, ਯਾਦ ਰੱਖਣਾ। ਐਮ ਦਾ ਮਤਲਬ ਕੀ ਹੈ? ਮੈਟਰ। ਈ ਦਾ ਮਤਲਬ ਕੀ ਹੈ? ਐਨਰਜੀ। ਐਸ ਦਾ ਮਤਲਬ ਕੀ ਹੈ? ਸਪੇਸ। ਟੀ ਦਾ ਮਤਲਬ ਕੀ ਹੈ? ਟਾਈਮ। ਔਰ ਟਾਈਮ ਨੂੰ ਡੋਨੇਟ ਕਿਵੇਂ ਕਰਦੇ ਹਾਂ ਇਹ ਅੱਗੇ ਪੜਾਂਗੇ, ਹੁਣੇ ਹੀ ਦੇਖਣਾ, ਅੱਗੇ ਪੜਾਂਗੇ, ਠੀਕ ਹੈ ਜੀ। ਤਾਂ ਇਹ ਗੱਲ ਤੁਸੀਂ ਯਾਦ ਰੱਖਣਾ। ਇਹ ਦੇਖੋ, ਫੇਸਟਿਕ ਫਾਰਮੂਲਾ ਹੈਵਿੰਗ ਪੀਮੈਸ ਵਿਦ ਇੰਡੀਗੇਟ ਡਿਜਿਟ। ਕਿਹੜੀ ਇੰਡੀਗੇਟ ਡਿਜਿਟ ਕਰਦੀ ਹੈ ਤੁਸੀਂ ਦੇਖੋ ਬਈ, ਆਹ ਦੇਖੋ। ਜਿਸ ਤਰੀਕੇ ਨਾਲ ਪਰਸਨੈਲਿਟੀ, ਪਰਸਨੈਲਿਟੀ ਕੀ ਹੈ? ਕੋਮਾ, ਠੀਕ ਹੈ ਨਾ। ਉਸੇ ਤਰੀਕੇ ਨਾਲ ਦੇਖੋ, ਪਰਸਨੈਲਿਟੀ, ਪਰਸਨੈਲਿਟੀ ਨੂੰ ਕਿਸ ਤਰੀਕੇ ਨਾਲ ਡਿਨੋਟ ਕਰਦੇ ਹਾਂ ਆਪਾਂ? ਕੋਮਾ। ਇਹ ਗੱਲ ਜ਼ਰੂਰ ਯਾਦ ਰੱਖਣੀ ਹੈ ਤੁਹਾਨੂੰ, ਪੀਮੈਸ ਸਮਝ ਆ ਗਈ। ਮੈਟਰ ਸੈਮੀਕੋਲਮ, ਸੈਮੀਕੋਲਨ ਨਾਲ ਡੋਨੇਟ ਕਰਦੇ ਹਾਂ, ਠੀਕ ਹੈ ਨਾ। ਤੁਹਾਨੂੰ ਪੇਪਰ 'ਚ ਪੁੱਛਿਆ ਜਾਏਗਾ ਐਨਰਜੀ ਕਿਸ ਨੂੰ ਡੋਨੇਟ ਕਰਦਾ? ਕੋਲਨ ਨੂੰ, ਠੀਕ ਹੈ ਨਾ। ਇਹ ਸਪੇਸ ਕਿਹਨੂੰ ਡੋਨੇਟ ਕਰਦਾ? ਡੋਟ ਨੂੰ। ਔਰ ਸਿੰਗਲ ਇਨਵਰਟਿਡ ਕੋਮਾ ਕਿਸ ਨੂੰ ਡੋਨੇਟ ਕਰਦਾ ਹੈ? ਟਾਈਮ ਨੂੰ। ਮੈਂ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਏਗਾ, ਵਿਚ ਆਫ ਦਾ ਫੋਲੋਇੰਗ ਇਜ਼ ਏ ਮੋਸਟ ਸਪੈਸੀਫਿਕ ਸਬਜੈਕਟ, ਕਿਹੜਾ ਹੈ, ਠੀਕ ਹੈ ਨਾ। ਤਾਂ ਤੁਸੀਂ ਗੱਲ ਯਾਦ ਰੱਖਣਾ, ਕੋਮਾ ਪਰਸਨੈਲਿਟੀ, ਮੈਟਰ ਔਰ ਪ੍ਰੋਪਰਟੀ, ਸਬਸਟਾਂਸ ਪ੍ਰੋਪਰਟੀ ਮਟੀਰੀਅਲ ਆਫ ਸਬਜੈਕਟ, ਐਨਰਜੀ ਉਹਦਾ ਕੀ ਪ੍ਰੋਸੈਸ ਹੈ, ਕੀ ਓਪਰੇਸ਼ਨ ਹੈ, ਟਾਈਮ ਕਿਸ ਡੇਟ ਨੂੰ ਲਿਆ ਗਿਆ ਹੈ, ਕਿਸ ਡੇਟ ਨੂੰ ਜਮ੍ਹਾਂ ਕਰਾਇਆ ਹੈ, ਸਪੇਸ ਉਹਦੀ ਜੋਗ੍ਰਾਫੀ ਲੋਕੇਸ਼ਨ ਕੀ ਹੈ ਉਸ ਸਬਜੈਕਟ ਦੀ, ਉਸ ਦੇ ਰਿਗਾਰਡ ਹੈ। ਵੈਸੇ ਇੰਨਾ ਤੁਹਾਨੂੰ ਕੁਐਸਚਨ ਨਹੀਂ ਆਏਗਾ, ਤੁਹਾਨੂੰ ਜਿਹੜਾ ਪੰਜਾਬ 'ਚ ਕੁਐਸਚਨ ਆਇਆ ਉਹ ਇਹ ਆਇਆ 57 ਭਰਤੀ ਦੇ ਵਿੱਚ, ਠੀਕ ਹੈ ਨਾ। ਜਿਹੜੀ 57 ਭਰਤੀ ਹੋਈ 30 ਅਕਤੂਬਰ 2022 ਨੂੰ ਜਿਹੜਾ ਪੇਪਰ ਹੋਇਆ ਉਹਦੇ ਵਿੱਚ ਆਹ ਸਵਾਲ ਆਇਆ ਕਿ ਇਨ ਕੋਲਨ ਕੋਲਨ ਕਲਾਸੀਫਿਕੇਸ਼ਨ ਸਿੰਗਲ ਇਨਵਰਟਿਡ ਕੋਮਾ ਕਿਸ ਨੂੰ ਡੋਨੇਟ ਕਰਦਾ? ਮੈਂ ਤੁਹਾਨੂੰ ਕਿਹਾ ਨਾ ਟਾਈਮ, ਆਹ ਬੱਚਾ ਦੇਖੋ ਗੱਚਾ ਖਾ ਗਿਆ, ਫੇਜ਼ ਰਿਲੇਸ਼ਨ ਲਗਾਇਆ ਹੈ, ਸਮਝ ਆ ਗਈ। ਆਹ ਬੱਚੇ ਦਾ ਸਵਾਲ ਇਹ ਗਲਤ ਹੋਇਆ, ਇਹਦਾ ਰਾਈਟ ਆਪਸ਼ਨ ਕੀ ਹੈ? ਟਾਈਮ ਹੀ ਹੈ ਨਾ ਬਈ, ਟਾਈਮ ਹੀ ਹੈ, ਸਮਝ ਆ ਗਈ ਬਈ। ਆਹ ਦੇਖੋ ਸਿੰਗਲ ਇਨਵਰਟਿਡ ਕੋਮਾ। ਤਾਂ ਤੁਸੀਂ ਦੇਖੋ ਇਸ ਤਰੀਕੇ ਦੇ ਵੀ ਕੁਐਸਚਨ ਤੁਹਾਨੂੰ ਮਿਲਣਗੇ। ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਪੀਮੈਸਟ, PMEST, ਪਰਸਨੈਲਿਟੀ, ਮੈਟਰ, ਐਨਰਜੀ, ਸਪੇਸ, ਟਾਈਮ। ਟਾਈਮ ਡਿਨੋਟ ਫੋਰ ਸਿੰਗਲ ਇਨਵਰਟਿਡ ਕੋਮਾ, ਪਰਸਨੈਲਿਟੀ ਡਿਵਰਟ ਫੋਰ ਕੋਮਾ, ਠੀਕ ਹੈ ਨਾ। ਔਰ ਇਹ ਸਪੈਸੀਫਿਕ ਹੈ, ਠੀਕ ਹੈ ਨਾ। ਔਰ ਕੀ ਹੈ? ਮੋਸਟ ਸਪੈਸੀਫਿਕ ਔਰ ਫੋਕਲ ਸਬਜੈਕਟ ਹੈ ਪਰਸਨੈਲਿਟੀ, ਠੀਕ ਹੈ ਜੀ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਮੈਂ ਇਹ ਤੁਹਾਨੂੰ ਇਹੀ ਦੱਸਿਆ ਇਹਨਾਂ ਦਾ
ਤੁਸੀਂ ਇਹਨਾਂ ਦੇ ਸਿੰਬਲ ਜ਼ਰੂਰ ਯਾਦ ਕਰਨਾ ਹੈ। ਐਨਰਜੀ ਕਿਸ ਨੂੰ ਡੋਨੇਟ ਕਰਦੇ ਹੈ? ਕੋਲਨ, ਠੀਕ ਹੈ ਨਾ। ਤਾਂ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰੀ ਨਹੀਂ ਹੈ ਇਸ ਤਰੀਕੇ ਨਾਲ ਕੋਲਨ ਡੋਟ ਆਏ, ਸਿਰਫ ਉਹ ਐਵੇਂ ਵੀ ਬੋਲ ਸਕਦਾ ਹੈ ਕਿ ਡੋਟ ਕਿਸ ਨੂੰ ਡੋਨੇਟ ਕਰਦਾ ਹੈ ਤਾਂ ਸਪੇਸ। ਬੋਲੋ ਹਾਂ, ਸਮਝ ਆ ਗਈ ਬਈ? ਤਾਂ ਸਸ ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਜ਼ਰੂਰ ਕਰਨਾ ਹੈ, ਕਮੈਂਟ ਬੋਕਸ ਦੇ ਵਿੱਚ ਜ਼ਰੂਰ ਲਿਖਣਾ ਹੈ ਤਾਂ ਕਿ ਮੈਨੂੰ ਵੀ ਇਹ ਪਤਾ ਲੱਗਦਾ ਰਹੇ ਕਿ ਕਿਹੜਾ ਕਿਹੜਾ ਬੱਚਾ ਕਲਾਸ ਨੂੰ ਦੇਖਦਾ ਹੈ, ਠੀਕ ਹੈ ਨਾ। ਤਾਂ ਇਹ ਗੱਲ ਤੁਸੀਂ ਧਿਆਨ ਰੱਖਣੀ। ਆਪਣਾ ਨਾਮ, ਜਿਹੜੇ ਬੱਚੇ ਸਾਡੇ ਕੋਲ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਆ, ਕਾਫੀ ਬੱਚੇ ਜੁੜ ਚੁੱਕੇ ਆ, ਜਿਹੜੇ ਨਹੀਂ ਵੀ ਜੁੜਨਾ ਚਾਹੁੰਦੇ, ਠੀਕ ਹੈ, ਉਹ ਉਹਨਾਂ ਦੀ ਕੋਈ ਦਿੱਕਤ ਨਹੀਂ ਹੈ। ਬਟ ਜਿਹੜੇ ਬੱਚੇ ਜੁੜਨਾ ਚਾਹੁੰਦੇ, ਆਪਣਾ ਨਾਮ, ਮੋਬਾਈਲ ਨੰਬਰ, ਐਗਜ਼ਾਮ ਜਿਵੇਂ ਲਾਇਬ੍ਰੇਰੀ ਰੀਸਟੋਰਰ, ਠੀਕ ਹੈ, ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ, ਇਸ 8288-76-200 ਤੇ ਤੁਸੀਂ ਭੇਜ ਦਿਓ ਤਾਂ ਕਿ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਸ਼ਾਮਿਲ ਕਰ ਲਈਏ। ਉੱਥੇ ਹੁਣ ਮੈਂ MCQ ਜਿਹੜੇ ਹੈ ਜ਼ਰੂਰ ਪਾਊਂਗਾ। ਪਹਿਲਾ ਐਡੀਸ਼ਨ, 7 ਐਡੀਸ਼ਨ ਆਏ ਲਾਇਬ੍ਰੇਰੀ ਦੇ। ਪਹਿਲਾ ਐਡੀਸ਼ਨ ਆਇਆ 1933 ਦੇ ਵਿੱਚ, ਠੀਕ ਹੈ ਨਾ। ਦੂਜੇ, ਆਹ ਦੇਖੋ ਦੇਖੋ ਬਈ, ਮੇਰੀ ਗੱਲ ਸਮਝੋ, ਠੀਕ ਹੈ ਨਾ। ਤੁਸੀਂ ਇਹ ਦੇਖਣਾ ਹੈ 33 ਦੇ ਵਿੱਚ ਆਇਆ, ਫਿਰ 39 ਦੇ ਵਿੱਚ ਆਇਆ, ਫਿਰ 50, ਯਾਨੀ ਕਿ ਇੱਥੇ ਇਹਨੂੰ 11 ਸਾਲ ਲੱਗ ਗਏ। ਤੁਹਾਨੂੰ ਇਹ ਗੱਲ ਪੁੱਛਿਆ ਜਾਏਗਾ ਪੇਪਰ ਦੇ ਵਿੱਚ ਕਿ CC ਦੇ ਵਿੱਚ ਕਿਹੜੇ ਐਡੀਸ਼ਨ ਦੇ ਵਿੱਚ, ਕਿਹੜੇ ਐਡੀਸ਼ਨ ਤੋਂ ਬਾਅਦ ਸਭ ਤੋਂ ਜ਼ਿਆਦਾ ਟਾਈਮ ਲੱਗਿਆ, ਯਾਨੀ ਕਿ ਦੂਜਾ ਔਰ ਤੀਜਾ ਐਡੀਸ਼ਨ ਦੇ ਵਿੱਚ ਵਾਲੇ ਸਭ ਤੋਂ ਜ਼ਿਆਦਾ ਟਾਈਮ ਲੱਗਿਆ। ਇਹ ਸਵਾਲ ਪੇਪਰ 'ਚ ਆਇਆ ਹੈ, ਇਹ ਪੇਪਰ 'ਚ ਆਇਆ ਹੈ, ਤੁਸੀਂ ਇਹ ਗੱਲ ਯਾਦ ਰੱਖਣਾ। ਔਰ 7th ਐਡੀਸ਼ਨ ਹੈ 1987 ਦੇ ਵਿੱਚ ਆਇਆ ਹੈ, ਠੀਕ ਹੈ ਨਾ। ਅਜੇ ਤੱਕ ਕੋਲਨ ਕਲਾਸੀਫਿਕੇਸ਼ਨ ਦੇ 7 ਐਡੀਸ਼ਨ ਹੀ ਆਏ। ਸਮਝ ਆ ਗਈ ਬਈ? ਪੰਜਾਬ ਦੇ ਸਟੂਡੈਂਟ, ਤੁਹਾਨੂੰ ਸਮਝ ਆ ਗਈ ਹੋਣੀ ਮੈਂ ਜਿਹੜੀ ਗੱਲ ਸਮਝਾ ਰਿਹਾ। ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ ਕਿ ਮੈਂ ਸਮਝਾਵਾਂ ਸਮਝ ਨਾ ਆਏ, ਠੀਕ ਹੈ ਨਾ। ਬਟ ਜੇ ਤੁਸੀਂ ਪੜ੍ਹੋਗੇ ਨਹੀਂ ਤਾਂ ਭੁੱਲ ਜਾਓਗੇ। ਯਾਦ ਰੱਖਣਾ, ਇਨ ਕੋਲਨ ਕਲਾਸੀਫਿਕੇਸ਼ਨ ਪਰਸਨੈਲਿਟੀ, ਬਾਅਦ 'ਚ ਫਿਰ ਉਹੀ ਗੱਲ ਆ ਗਈ। ਦੇਖੋ ਬਈ, ਮੈਂ ਪਰਸਨੈਲਿਟੀ ਨੂੰ ਫਿਰ ਲਿਆਇਆ ਕਿਉਂਕਿ ਇਹਦੇ 'ਚ ਕੁਸ਼ਚਨ ਬਣਦਾ ਹੈ। ਸਮਝ ਆ ਗਈ ਨਾ? ਇਹਦੇ ਉੱਤੇ ਕੁਸ਼ਚਨ ਬਣਦਾ ਹੈ ਕਿ ਇਨ ਕੋਲਨ ਕਲਾਸੀਫਿਕੇਸ਼ਨ ਪਰਸਨੈਲਿਟੀ ਫੇਸੀਅਟ ਦਾ ਮੋਸਟ ਐਲਿਊਸਿਵ ਐਂਡ ਡਿਫੀਕਲਟ ਟੂ ਆਈਡੈਂਟੀਫਾਈ। ਪਰਸਨੈਲਿਟੀ ਯਾਨੀ ਕਿ ਕੋਮਾ ਨੂੰ ਆਈਡੈਂਟੀਫਾਈ ਕਰਨਾ ਥੋੜ੍ਹਾ ਮੁਸ਼ਕਿਲ ਹੈ, ਠੀਕ ਹੈ ਜੀ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਨ ਕੋਲਨ ਕਲਾਸੀਫਿਕੇਸ਼ਨ ਦਾ ਕੈਨਨ ਆਫ ਬੁੱਕ ਨੰਬਰ ਕੰਸਿਸਟ 8 ਐਲੀਮੈਂਟ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਏਗਾ ਕੋਲਨ ਕਲਾਸੀਫਿਕੇਸ਼ਨ ਦੇ ਵਿੱਚ ਕੈਨਨ ਇਨ ਬੁੱਕ ਨੰਬਰ ਦੇ ਵਿੱਚ ਕਿੰਨੇ ਐਲੀਮੈਂਟ ਪਾਏ ਜਾਂਦੇ ਹੈ? 8 ਐਲੀਮੈਂਟ ਪਾਏ ਜਾਂਦੇ। ਸਮਝ ਆ ਗਈ ਬਈ? ਤਾਂ ਇਹ ਗੱਲ ਤੁਸੀਂ ਯਾਦ ਰੱਖਣਾ। ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਜਿਹੜੀ ਪਬਲਿਕ ਲਾਇਬ੍ਰੇਰੀ ਨੂੰ ਫੰਡ ਦਿੰਦੀ ਹੈ, ਕਮੈਂਟ ਬਾਕਸ ਦੇ ਵਿੱਚ ਲਿਖਣਾ, ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਯੂਜ਼ ਕੋਲਨ ਕਲਾਸੀਫਿਕੇਸ਼ਨ ਦਾ ਕਿਹੜਾ ਐਡੀਸ਼ਨ ਯੂਜ਼ ਕੀਤਾ? 7th। ਇਹ ਗੱਲ ਬਹੁਤ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣੀ ਹੈ ਕਿ ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਦਾ ਕਿਹੜਾ ਐਡੀਸ਼ਨ ਯੂਜ਼ ਕਰਦੀ ਹੈ? ਤਾਂ 7th ਐਡੀਸ਼ਨ ਕਰਦੀ ਹੈ। ਦੂਜੇ ਔਰ ਤੀਜੇ ਐਡੀਸ਼ਨ ਦੇ ਵਿੱਚ 11 ਸਾਲ ਦਾ ਡਿਫਰੈਂਸ ਹੈ ਸਭ ਤੋਂ ਜ਼ਿਆਦਾ। ਅਜੇ ਤੱਕ ਪਹਿਲਾ ਐਡੀਸ਼ਨ 1933 ਦੇ ਵਿੱਚ ਆਇਆ, ਲਾਸਟ ਐਡੀਸ਼ਨ 1987 ਦੇ ਵਿੱਚ ਆਇਆ। ਸਮਝ ਆ ਗਈ ਬਈ? ਅਗਲਾ ਸਵਾਲ ਦੇਖੋ ਬਈ, ਕੋਲਨ ਕਲਾਸੀਫਿਕੇਸ਼ਨ, ਤੁਹਾਨੂੰ ਕੱਲ੍ਹ ਨੂੰ ਇਹ ਫੁੱਲ ਫੋਰਮ ਆ ਸਕਦੀ ਹੈ? ਸਮਝ ਆ ਗਈ? ਔਰ ਮੈਂ ਪਿਛਲੇ ਫੁੱਲ ਫੋਰਮ ਦੇ ਵਿੱਚ ਤੁਹਾਨੂੰ ਇਹ ਗੱਲਾਂ ਦੱਸੀਆਂ ਸੀ ਕਿ ACI ਦੀ ਫੁੱਲ ਫੋਰਮ ਕੀ ਹੈ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਇਨ ਲਾਇਬ੍ਰੇਰੀ ਸਾਇੰਸ। ACI ਦੀ ਫੁੱਲ ਫੋਰਮ ਕੀ ਹੈ, ਇਹ ਤੁਸੀਂ ਜ਼ਰੂਰ ਲਿਖਣਾ ਹੈ। ਕੋਲਨ ਕਲਾਸੀਫਿਕੇਸ਼ਨ ਦੇ ਵਿੱਚ CXL ਦੀ ਫੁੱਲ ਫੋਰਮ ਕੀ ਹੈ, ਕੰਪਲੈਕਸ ਆਈਸੋਲੇਟ, ਠੀਕ ਹੈ ਜੀ।
ਕੰਪਲੈਕਸ ਆਈਸੋਲੇਟ, ਠੀਕ ਹੈ ਨਾ, ਠੀਕ ਹੈ ਜੀ। ਤਾਂ ਇਹ ਗੱਲ ਤੁਸੀਂ ਯਾਦ ਰੱਖੋ। ਇਨ ਦਾ ਕੋਲਨ ਕਲਾਸੀਫਿਕੇਸ਼ਨ ਫਸਟ ਪਬਲਿਸ਼ਨ ਫਰੋਮ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ, ਜਿਹਨੂੰ ਮਾਲਾ ਵੀ ਬੋਲਦੇ ਹੈ, ਔਰ ਇਹ ਕੁਐਸਚਨ ਪੇਪਰ ਦੇ ਵਿੱਚ ਪੱਕਾ ਆਏਗਾ ਕਿ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਕਦੋਂ ਬਣੀ, ਸਮਝ ਆ ਗਈ, ਕਦੋਂ ਹੋਣ ਦੇ ਵਿੱਚ ਆਈ, ਕਦੋਂ ਫਾਊਂਡ ਹੋਈ 1928 ਦੇ ਵਿੱਚ। ਰਾਜਸਥਾਨ ਲਾਇਬ੍ਰੇਰੀ ਐਸੋਸੀਏਸ਼ਨ ਐਕਟ ਕਦੋਂ ਬਣਾਇਆ, 2006 ਦੇ ਵਿੱਚ। ਹਰਿਆਣਾ ਲਾਇਬ੍ਰੇਰੀ ਐਕਟ ਕਦੋਂ ਬਣਿਆ, 1999 ਦੇ ਵਿੱਚ। ਪੰਜਾਬ ਦਾ ਲਾਇਬ੍ਰੇਰੀ ਐਕਟ ਕੀ ਹੈ, ਹੈ ਹੀ ਨਹੀਂ, ਸਮਝ ਆ ਗਈ ਬਾਈ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਮਾਲਾ, ਮਾਲਾ ਦੀ ਫੁੱਲ ਫਾਰਮ ਕੀ ਹੈ, ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਨੇ ਫਸਟ ਪਬਲਿਸ਼ਨ, ਠੀਕ ਹੈ ਨਾ, ਕੋਲਨ ਕਲਾਸੀਫਿਕੇਸ਼ਨ ਦਾ ਜਿਹੜਾ ਹੈ ਉਹ ਫਸਟ ਪਬਲਿਸ਼ਨ ਫਰੋਮ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਤੋਂ ਕੀਤਾ ਗਿਆ, ਕੋਲਨ ਕਲਾਸੀਫਿਕੇਸ਼ਨ ਦਾ ਪਹਿਲਾ ਐਡੀਸ਼ਨ। ਔਰ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਕਦੋਂ ਫਾਊਂਡ ਹੋਈ, 1928 ਦੇ ਵਿੱਚ। ਮਾਲਾ, ਇਹਦੀ ਫੁੱਲ ਫਾਰਮ ਵੀ ਆ ਸਕਦੀ ਹੈ, ਬਹੁਤ ਪੇਪਰਾਂ 'ਚ ਇਹ ਸਵਾਲ ਆਇਆ ਹੋਇਆ ਹੈ ਕਿ ਮਾਲਾ ਦੀ ਫੁੱਲ ਫਾਰਮ ਕੀ ਹੈ, ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ। ਪੰਜਾਬ ਦੇ ਇਹ ਹਾਲੇ ਤੱਕ ਇਹ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਵਾਲੇ ਚੈਪਟਰ 'ਚ ਕਰਾਊਂਗਾ, ਅਮੈਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਦੇ ਚੈਪਟਰ 'ਚ ਕਰਾਊਂਗਾ, DDC ਦੇ ਚੈਪਟਰ 'ਚ ਕਰਾਊਂਗਾ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸਵਾਲ ਇਹਦੇ ਵਿੱਚ ਪੁੱਛੇ ਗਏ ਹੈ, ਸਮਝ ਆ ਗਈ ਬਾਈ। ਤਾਂ ਇਹ ਗੱਲ ਤੁਸੀਂ ਯਾਦ ਜ਼ਰੂਰ ਰੱਖਣੀ ਹੈ। ਹਾਂਜੀ, ਅਗਲਾ ਸਵਾਲ, ਐਮਪਟਿੰਗ ਡਿਜ਼ਿਟ ਇਜ਼ ਯੂਜ਼ ਕੋਲਨ ਕਲਾਸੀਫਿਕੇਸ਼ਨ ਪ੍ਰੋਵਾਈਡ ਹੋਸਪਿਟੈਲਿਟੀ ਇਨ ਐਰੇ। ਤੁਹਾਨੂੰ ਇਹ ਗੱਲ ਯਾਦ ਰੱਖੇਗਾ ਕਿ ਐਮਪਟੀ ਡਿਜ਼ਿਟ ਕਿਸ ਨੂੰ ਡੋਨੇਟ ਕਰਦਾ ਹੈ, ਹੋਸਪਿਟੈਲਿਟੀ ਇਨ ਐਰੇ, ਠੀਕ ਹੈ ਨਾ। ਇਹ ਗੱਲ ਤੁਸੀਂ ਇੱਕ ਗੱਲ ਯਾਦ ਰੱਖ ਲੈਣੀ ਹੈ। ਤਾਂ ਇਹ ਅੱਜ ਦਾ ਛੋਟਾ ਜਿਹਾ ਇੱਕ ਸੈਸ਼ਨ ਸੀਗਾ। ਇੰਨੀ ਕੁ ਵਾਰ ਇਹਦੇ ਕੁਐਸਚਨ ਪੇਪਰ 'ਚ ਆਏ ਹੈ, ਇਹ ਸਮਝ ਲਓ ਵੀ DDC ਪੂਰਾ CCC ਪੂਰਾ ਹੋ ਗਿਆ, ਠੀਕ ਹੈ ਨਾ। DDC ਤਾਂ ਕਰਾਵਾਂਗੇ ਜੀ, ਠੀਕ ਹੈ ਨਾ, ਕੋਲਨ ਕਲਾਸੀਫਿਕੇਸ਼ਨ ਪੂਰਾ ਹੋ ਗਿਆ। ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਏਗਾ, ਕੋਲਨ ਕਲਾਸੀਫਿਕੇਸ਼ਨ ਦਾ ਪਹਿਲਾ ਐਡੀਸ਼ਨ ਰੰਗਾਨਾਥ ਨਾਥਨ ਜੀ ਨੇ ਕਦੋਂ ਪਬਲਿਸ਼ ਕੀਤਾ, ਤਾਂ 1933 ਦੇ ਵਿੱਚ ਪਬਲਿਸ਼ ਕੀਤਾ, ਸਮਝ ਆ ਗਈ। ਅਜੇ ਇਹਨਾਂ ਦੇ ਡਿਜਿਟ ਪਏ ਹੈ, ਸਮਝ ਆ ਗਈ। ਇਹਨਾਂ ਦੇ ਕੁਛ ਇੱਕ ਸਿੰਬਲ ਹੈ ਜਿਹਦੇ ਕੁਐਸਚਨ ਆ ਜਾਂਦਾ ਹੈ, ਠੀਕ ਹੈ, ਉਹ ਆਪਾਂ ਦੂਜੇ ਲੈਕਚਰ 'ਚ ਕਰਾਂਗੇ। ਇਸੇ ਤਰੀਕੇ ਦੀ ਸਿਸਟਮ ਹੈ ਦੋ ਲੈਕਚਰ 'ਚ, ਕੋਲਨ ਕਲਾਸੀਫਿਕੇਸ਼ਨ ਇੰਪੋਰਟੈਂਟ ਹੈ, ਵੈਸੇ ਤਾਂ ਬਹੁਤ ਕੁਛ ਪਿਆ ਉਹਦੇ 'ਚ, ਸਮਝ ਆ ਗਈ। UGC ਨੈੱਟ ਵਾਲੇ ਪੇਪਰ ਕਰਨ ਲੱਗ ਜਾਓ, ਸਮਝ ਆ ਗਈ। ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਵੀ ਤੁਹਾਨੂੰ 19 ਕੀ ਚੀਜ਼ਾਂ ਪੜ੍ਹਾਈ ਜਾਵੇ ਇੱਕ ਟੋਪਿਕ ਦੇ ਵਿੱਚੋਂ, 10 ਹੀ ਜਿਹੜਾ ਬੱਚੇ ਹਰ ਬੱਚੇ ਨੂੰ ਆਵੇ, ਬੋਲੋ ਹਾਂ, ਸਮਝ ਆ ਗਈ। ਇਹ PDF ਸਾਡੇ ਪੇਡ ਬੈਚ ਦੇ ਵਿੱਚ, ਫ੍ਰੀ PDF YouTube ਵਾਲੇ ਸੈਕਸ਼ਨ ਦੇ ਵਿੱਚ ਮਿਲ ਜੂਗੀ, ਠੀਕ ਹੈ। ਤੁਸੀਂ ਉੱਥੋਂ ਨੋਟਸ ਆਪਦੇ ਬਣਾਉਂਦੇ ਰਹੋ ਘਰੇ, ਸਮਝ ਆ ਗਈ, ਤਾਂ ਕਿ ਆਪਾਂ ਪੇਪਰ ਦੇ ਵਿੱਚ ਸਿਰਫ ਪੜ੍ਹ ਕੇ ਉਹਨਾਂ ਪੇਪਰਾਂ ਨੂੰ ਹੀ ਪੜ੍ਹੀਏ, ਸਮਝ ਆ ਗਈ। ਪੇਪਰ 'ਚ ਕੁਐਸਚਨ ਆਊਗਾ ਸੋਲ 3.0 ਕਦੋਂ ਪਬਲਿਸ਼ ਹੋਇਆ, ਸਮਝ ਆ ਗਈ। ਆਪਸ਼ਨ ਆਊਗਾ ਵਿਦਵਾਨ ਡਾਟਾਬੇਸ ਕਦੋਂ ਕਿਸ ਦਾ ਹੈ, ਇਨਫਿਲਿਪ ਦਾ ਹੈ। ਇਨਫਿਲਿਪ ਦੇ ਵਿੱਚ ਕਿਸ ਕਮੇਟੀ ਨੇ ਇਨਫੋਰਮੇਸ਼ਨ ਲਾਇਬ੍ਰੇਰੀ ਨੈਟਵਰਕ ਦੀ ਸ਼ੁਰੂਆਤ ਕੀਤੀ, ਯਸਪਾਲ ਕਮੇਟੀ ਨੇ, ਆਇਆ ਹੋਇਆ ਕੁਐਸਚਨ ਹੈ ਪੰਜਾਬ ਦੇ। ਕੋਠਾਰੀ ਕਮਿਸ਼ਨ ਕਿਹਦੇ ਵਾਸਤੇ ਹੁੰਦਾ ਹੈ, ਇਹ ਸਾਰੇ ਕੁਐਸਚਨ, ਇਹ GK ਦੇ ਕੁਐਸਚਨ ਨਹੀਂ ਬਣਦੇ, ਲਾਇਬ੍ਰੇਰੀ ਦੇ ਵਿੱਚ ਹੈ। ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਲਾਇਬ੍ਰੇਰੀ ਵਾਸਤੇ ਕੀ ਭਾਵਨਾ ਰੱਖਦੀ ਹੈ, ਇਹ ਸਾਰੇ ਕੁਐਸਚਨ ਇਹਦੇ ਲਿੰਕ, ਇਸ ਤਰੀਕੇ ਦੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਬਾਈ, ਸਮਝ ਆ ਗਈ, ਬੋਲੋ ਹਾਂ। ਸਿੰਬਲ ਯਾਦ ਹੋ ਜਾਣਗੇ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹੈ ਕਿ ਮੇਰੇ ਪੜ੍ਹਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਹੈ। ਸੇਮ ਇਹੀ ਤਰੀਕਾ ਮੇਰੇ ਪੇਡ ਬੈਚ 'ਚ ਰਹਿੰਦਾ ਹੈ,
ਮੈਂ ਤੁਹਾਨੂੰ ਕਹਿੰਦਾ ਯੂਟਿਊਬ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਕਾਫੀ ਬੱਚੇ, ਹੁਣ ਸਵੇਰਾ ਸਾਡਾ 1 ਵਜੇ ਤੱਕ ਉਹ ਹੁੰਦਾ ਹੈ, ਉਸ ਤੋਂ ਬਾਅਦ ਥੋੜ੍ਹਾ ਟਾਈਮ ਘੱਟ ਮਿਲਦਾ ਹੈ, ਠੀਕ ਹੈ ਨਾ, ਤਾਂ ਸ਼ਾਮ ਨੂੰ ਥੋੜ੍ਹਾ ਅਸੀਂ ਵਿਹਲੇ ਹੁੰਦੇ ਹਾਂ। ਉਸ ਤੋਂ ਬਾਅਦ ਫਿਰ ਜੀਕੇ ਦੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਹੈ, ਕੁਝ ਸਾਡੇ ਪੇਡ ਬੈਚ ਮਾਸਟਰ ਕੈਡਰ ਦੇ ਰਿਗਾਰਡਿੰਗ ਚੱਲ ਰਹੇ ਆ, ਉਹਨਾਂ ਦੀ ਕਲਾਸਾਂ ਹੁੰਦੀਆਂ, ਤਾਂ ਪੈਨਲ ਫ੍ਰੀ ਨਹੀਂ ਹੁੰਦਾ ਕਿਉਂਕਿ ਲਾਇਬ੍ਰੇਰੀ ਵਾਲੇ ਬੱਚਿਆਂ ਨੂੰ ਵੀ ਅਸੀਂ ਜਲਦ ਸ਼ੁਰੂ ਹੁਣ ਕਲਾਸ ਕਰ ਦੇਣੀ ਹੈ 25 ਮਈ ਦੇ ਕਰੀਬੋ ਕਰੀਬ, ਠੀਕ ਹੈ, ਕਿਉਂਕਿ 1 ਜੂਨ ਨੂੰ ਇਲੈਕਸ਼ਨ ਹੈ, 4 ਜੂਨ ਨੂੰ ਰਿਜ਼ਲਟ ਆ ਜਾਏਗਾ, ਉਸ ਤੋਂ ਬਾਅਦ, ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਆਪਣਾ ਕਦੇ ਵੀ ਲਾਇਬ੍ਰੇਰੀ ਰੀਸਟੋਰ ਦਾ ਨੋਟੀਫਿਕੇਸ਼ਨ ਆ ਸਕਦਾ ਹੈ, ਸਮਝ ਆ ਗਈ। ਉਸ ਤੋਂ ਬਾਅਦ ਆਪਾਂ ਕੀ ਕੁਛ ਕਰਨਾ ਹੈ ਇਹ ਵੀ ਤੁਹਾਨੂੰ ਦੱਸ ਦੇਈਏ, ਇਹ ਵੀ ਆਪਾਂ ਕਰ ਲਈਏ, ਹੋ ਸਕਦਾ ਹੈ ਆਪਾਂ ਥੋੜ੍ਹਾ ਸਿਸਟਮ ਕਰਕੇ ਥੋੜ੍ਹਾ ਜਲਦੀ ਨੋਟੀਫਿਕੇਸ਼ਨ ਕਢਾ ਲਈਏ, ਠੀਕ ਹੈ, ਤਾਂ ਇਹ ਗੱਲ ਤੁਸੀਂ ਯਾਦ ਰੱਖਣਾ ਹੈ। 2-3 ਮਹੀਨੇ ਦਾ ਹੀ ਟਾਈਮ ਮਿਲੂਗਾ ਲਾਇਬ੍ਰੇਰੀ ਰੀਸਟੋਰ ਦੇ ਵਿੱਚ, ਜ਼ਿਆਦਾ ਟਾਈਮ ਨਹੀਂ ਮਿਲੇਗਾ ਕਿਉਂਕਿ ਅੱਗੇ ਹੀ ਉਹਨਾਂ ਨੇ ਉਹ ਜਿਹੜੀ ਐਡਵਰਟਾਈਜ਼ 8 ਨੰਬਰ ਦੇ ਕਈ ਪੇਪਰਾਂ ਦੇ ਸ਼ਡਿਊਲ ਵੀ, ਸਿਲੇਬਸ ਵੀ ਉਹਨਾਂ ਨੇ ਪਾ ਰੱਖੇ ਹੈ, ਜਿਵੇਂ ਡੈਰੀ ਡਿਵੈਲਪਮੈਂਟ ਇੰਸਪੈਕਟਰ, ਫਿਸ਼ਰੀਜ਼ ਇੰਸਪੈਕਟਰ, ਇਹ ਸਾਰੇ ਪੇਪਰਾਂ ਦੇ ਵਿੱਚ PSSS ਬੋਰਡ ਬਹੁਤ ਅੱਗੇ ਚੱਲ ਰਿਹਾ, ਤਾਂ ਮੈਨੂੰ ਇਹ ਲੱਗਦਾ ਨੋਟੀਫਿਕੇਸ਼ਨ ਜਲਦੀ ਆਊਗਾ, ਨਾਲ ਨਾਲ ਸਿਲੇਬਸ ਆਊਗਾ, ਨਾਲ ਨਾਲ ਹੀ ਆਪਾਂ ਉਹਨੂੰ ਘੁਮਾ ਕੇ ਰੱਖ ਦੇਣਾ, ਸਮਝ ਆ ਗਈ, ਤਾਂ ਇਹ ਗੱਲ ਤੁਸੀਂ ਯਾਦ ਰੱਖ ਲੈਣੀ। ਬਿਹਤਰੀਨ ਤਿਆਰੀ ਤੁਹਾਡੀ ਅਸੀਂ ਕਰਾਉਣ ਦੀ ਗਾਰੰਟੀ ਹੈ, ਠੀਕ ਹੈ ਨਾ, ਤਾਂ ਇਹ ਗੱਲ ਤੁਸੀਂ ਯਾਦ ਰੱਖਣਾ, ਠੀਕ ਹੈ ਜੀ, ਕਿਉਂਕਿ ਇਹ ਸ਼ਬਦ ਗਾਰੰਟੀ ਵਾਲਾ ਅੱਜ ਕੱਲ੍ਹ ਜ਼ਿਆਦਾਤਰ ਪੋਲੀਟੀਕਲਸ ਦੇ ਵਿੱਚ ਚੱਲ ਰਿਹਾ, ਪੋਲੀਟਿਕਸ ਦੇ ਵਿੱਚ ਚੱਲ ਰਿਹਾ, ਤਾਂ ਹੀ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ ਬਈ, ਤਾਂ ਮਿਲਦੇ ਹਾਂ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ ਕਿਸੇ ਹੋਰ ਟੋਪਿਕ ਨਾਲ। ਇਹ ਇੱਕ ਜਸਟ ਡੈਮੋ ਸੀਗਾ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਕੋਲਨ ਕਲਾਸੀਫਿਕੇਸ਼ਨ ਦੇ ਵਿੱਚ ਕਿਸ ਤਰੀਕੇ ਦੇ ਕੁਐਸਚਨ ਪੇਪਰ ਦੇ ਵਿੱਚ ਆਉਣਗੇ ਅਤੇ ਕਿਵੇਂ ਆਪਾਂ ਕਰਨਾ। ਮਿਲਦੇ ਹਾਂ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ। ਕਲਾਸ ਨੂੰ ਤੁਸੀਂ ਲਾਈਕ ਜ਼ਰੂਰ ਕਰਨਾ ਹੈ, ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਕਮੈਂਟ ਜ਼ਰੂਰ ਕਰਨਾ ਹੈ ਕਿ ਤੁਸੀਂ ਲਾਇਬ੍ਰੇਰੀ ਰਜਿਸਟਰ ਦਾ ਪੇਪਰ ਭਰੋਗੇ ਕਿ ਨਹੀਂ ਭਰੋਗੇ। ਥੈਂਕ ਯੂ, ਜੈ ਹਿੰਦ।